ਸ਼੍ਰੀਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਆਉਂਦੀ 17 ਫਰਵਰੀ ਤੋਂ ਲੈ ਕੇ 23 ਫਰਵਰੀ ਤੱਕ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੰਡੀਆ ਦੇ ਸਟੇਟ ਵਿਜ਼ਿਟ 'ਤੇ ਰਹਿਣਗੇ। ਕਈ ਮਿਨਿਸਟਰਸ, ਮੈਂਬਰ ਪਾਰਲੀਮੈਂਟਸ ਅਤੇ ਬਿਜ਼ਨਸ ਡੈਲੀਗੇਟਸ ਉਹਨਾਂ ਦੇ ਨਾਲ ਇਸ ਟ੍ਰਿਪ ਵਿੱਚ ਮੌਜੂਦ ਰਹਿਣਗੇ। ਕੀ ਕੁਝ ਰਹੇਗਾ ਇਸ ਵਿਜ਼ਿਟ ਵਿੱਚ ਖਾਸ, ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪੀਟੀਸੀ ਵਿੱਚ। ਥੈਂਕ ਯੂ, ਸਤਿ ਸ਼੍ਰੀ ਅਕਾਲ। ਰੂਬੀ ਜੀ, ਜਿਵੇਂ ਮੈਂ ਕਿਹਾ, ਇਹ ਸਟੇਟ ਵਿਜ਼ਿਟ ਹੈਗਾ, ਕਾਫੀ ਐਕਸਪੈਕਟੇਸ਼ਨਸ ਲਗਾਈਆਂ ਜਾ ਰਹੀਆਂ ਨੇ ਇਸ ਵਿਜ਼ਿਟ ਤੋਂ, ਬਿਕੋਜ਼ ਜਦੋਂ ਤੋਂ ਲਿਬਰਲ ਸਰਕਾਰ ਹੋਂਦ ਵਿੱਚ ਆਈ ਉਦੋਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਕਦੋਂ ਪ੍ਰਾਈਮ ਮਿਨਿਸਟਰ ਇੰਡੀਆ ਵਿਜ਼ਿਟ ਕਰਨਗੇ, ਐਂਡ ਨਾਓ ਇਟਸ ਦੈਟ ਟਾਈਮ। ਕੀ ਕੁਝ ਉਮੀਦਾਂ ਲਗਾਈਆਂ ਜਾ ਸਕਦੀਆਂ? ਯਾ, ਵਰ ਅਸੀਂ ਸਾਰੇ ਇਸ ਟ੍ਰਿਪ ਬਾਰੇ ਬਹੁਤ ਐਕਸਾਈਟਡ ਹੈਗੇ ਹਾਂ, ਜਿੰਨੇ ਮੈਂਬਰ ਆਫ ਪਾਰਲੀਮੈਂਟ ਵੀ ਹੈਗੇ ਐਂਡ ਜਿੰਨੇ ਵੀ ਮੇਰੇ ਕੰਸਟੀਚੂਐਂਟਸ ਨੇ ਟੀਮ ਦੇ ਨਾਲ ਜੁੜੇ ਹੋਏ ਨੇ, ਸਾਰੇ ਲੋਕ ਐਕਸਾਈਟਡ ਹੈਗੇ। ਬਹੁਤ ਚਿਰ ਦੀ ਉਡੀਕ ਸੀਗੀ ਵੀ ਪ੍ਰਾਈਮ ਮਿਨਿਸਟਰ ਇੰਡੀਆ ਜਾਏਗਾ। ਪਿਛਲੇ ਸਾਲ ਵੀ ਲੋਕ ਸਟੋਰੀਜ਼ ਲਿਖ ਰਹੇ ਸੀ ਵੀ ਆ ਰਹੇ ਨੇ, ਆ ਰਹੇ ਨੇ। ਸੋ ਆਈ ਥਿੰਕ ਇਟਸ ਅਬਾਊਟ ਇਟਸ ਅ ਗੁੱਡ ਟਾਈਮ ਟੂ ਗੋ। ਬਾਕੀ ਇਹਦਾ ਸਕੈਡਿਊਲਿੰਗ ਦਾ ਹੁੰਦਾ, ਯੂ ਨੋ, ਗਵਰਨਮੈਂਟਸ ਦਾ ਕੰਮ ਹੁੰਦਾ ਹੈਗਾ ਵੀ ਉਹਨਾਂ ਨੇ ਉਹਨਾਂ ਦਾ ਟਾਈਮ ਦੋਨਾਂ ਦਾ ਕਦੋਂ ਬਣਦਾ ਹੈਗਾ। ਪਰ ਆਮ ਵੈਰੀ, ਆਲ ਆਈ ਕੈਨ ਸੇ ਇਜ਼ ਵੈਰੀ ਐਕਸਾਈਟਡ ਵੀ ਹੁਣ ਫਾਈਨਲੀ ਪ੍ਰਾਈਮ ਮਿਨਿਸਟਰ ਅਤੇ ਉਹਦੀ ਫੈਮਿਲੀ ਇੰਡੀਆ ਜਾਏਗੀ, ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਅਫਿਸ਼ਲੀ ਗੱਲਬਾਤ ਹੋਊਗੀ, ਐਂਡ ਹੋਰ ਵੀ ਉਹਨਾਂ ਨੇ ਟ੍ਰਿਪ ਦੇ ਵਿੱਚ ਕਾਫੀ ਪਲਾਨਸ ਬਣਾਏ ਹੈਗੇ ਨੇ। ਬਿਜ਼ਨਸ ਕਮਿਊਨਿਟੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈਗੇ ਹੋ, CIBC, ਉਹ ਕੈਨੇਡਾ ਇੰਡੀਆ ਬਿਜ਼ਨਸ ਕਾਉਂਸਲ ਹੈਗੀ ਆ, ICC, ਇੰਡੋ ਕੈਨੇਡੀਅਨ ਚੇਂਬਰ ਆਫ ਕਾਮਰਸ, ਉਹ ਬਹੁਤ ਸਾਰੇ ਜ਼ੋਰ ਨਾਲ ਲੱਗੇ ਹੋਏ ਨੇ ਕੰਮ ਕਰਨ, ਆਪਦਾ ਮੀਟਿੰਗਸ ਉਹ ਇੱਕ ਪਲੈਟਫਾਰਮ ਬਣਾਉਣ ਲਈ ਵੀ ਉੱਥੇ ਇਸ ਤਰ੍ਹਾਂ ਦਾ ਇੰਟਰੈਕਸ਼ਨ ਹੋ ਸਕੇ ਕੈਨੇਡੀਅਨ ਬਿਜ਼ਨਸ ਕਮਿਊਨਿਟੀ ਦਾ ਅਤੇ ਇੰਡੀਅਨ ਬਿਜ਼ਨਸ ਕਮਿਊਨਿਟੀ ਦਾ। ਵੈਸੇ ਤਾਂ ਉਹ ਮਿਸ਼ਨਸ 'ਤੇ ਜਾਂਦੇ ਹੀ ਰਹਿੰਦੇ ਹੈਗੇ ਨੇ, ਅਤੇ ਕੁਛ ਹਫ਼ਤੇ ਪਹਿਲਾਂ ਵੀ ਇੱਕ ਉਹਨਾਂ ਦਾ ਮਿਸ਼ਨ ਹੋਇਆ ਸੀ। ਪਰ ਆਈ ਥਿੰਕ ਦਿਸ ਟ੍ਰਿਪ ਐਂਡ ਜਿਹੜੀ ਪ੍ਰਾਈਮ ਮਿਨਿਸਟਰ ਦੀ ਪਾਪੂਲੈਰਿਟੀ ਹੈਗੀ ਆ, ਉਹਨਾਂ ਦੇ ਜਿਹੜੇ ਉਹ ਕੰਮ ਕਰ ਰਹੇ ਹੈਗੇ ਨੇ ਔਨ ਦਾ ਗਰਾਊਂਡ, ਹਾਰਡਵਰਕ ਉਹ ਕਰ ਰਹੇ ਹੈਗੇ ਨੇ, ਉਹਨਾਂ ਨੂੰ ਕੁਛ ਸਪੋਰਟ ਅਤੇ ਬੈਕਿੰਗ ਦਿੱਤੀ ਜਾਊਗੀ ਇਸ ਵਿਜ਼ਿਟ ਦੇ ਥਰੂ। ਜੀ, ਐਜ਼ ਅ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਇਹ ਫਸਟ ਇੰਡੀਆ ਵਿਜ਼ਿਟ ਹੋਏਗਾ, ਇਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਈ ਵਾਰ ਮਿਲ ਚੁੱਕੇ ਨੇ, ਕਾਫੀ ਉਮੀਦਾਂ ਨੇ ਇਸ ਵਿਜ਼ਿਟ ਤੋਂ। ਬੇਸ਼ੱਕ ਇਹ ਟ੍ਰੇਡ ਮਿਸ਼ਨ ਨਹੀਂ ਹੈਗਾ, ਬਟ ਫਿਰ ਵੀ ਟ੍ਰੇਡ ਸੰਬੰਧੀ ਜੋ ਗੱਲਬਾਤ ਅਸੀਂ ਕਹੀਏ ਪਿਛਲੇ 10 ਰਾਊਂਡਸ ਵਿੱਚ ਵੀ ਸਿਰੇ ਨਹੀਂ ਚੜ ਸਕਦੀ, ਕੀ ਉਸ ਸੰਬੰਧੀ ਕੁਝ ਮੁਲਾਕਾਤ, ਕੁਝ ਗੱਲਬਾਤ ਅੱਗੇ ਵੱਧ ਸਕਦੀ ਹੈ? ਹਾਂਜੀ ਜੀ, ਜਦੋਂ ਵੀ ਮੁਲਾਕਾਤ ਹੁੰਦੀ ਆ, ਇਸ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੈਗਾ, ਸਾਡੇ ਪ੍ਰਾਈਮ ਮਿਨਿਸਟਰ ਇਨਵੈਸਟਮੈਂਟ ਚਾਹੁੰਦੇ ਹੈਗੇ ਨੇ, ਫੋਰਨ ਇਨਵੈਸਟਮੈਂਟ, ਹੀ ਵਾਂਟਸ ਟੂ ਓਪਨ ਅਪ ਮਾਰਕੀਟਸ, ਮੇਕ ਸ਼ੋਰ ਦੈਟ ਜਿਹੜਾ ਕੈਨੇਡਾ ਹੈਗਾ ਉਹ ਇੱਕ ਡਾਇਵਰਸਿਫਾਈਡ ਇਕੋਨਮੀ ਹੈਗੀ ਆ। ਐਂਡ ਹੁਣ ਰੀਸੈਂਟਲੀ ਡੈਵੋਸ ਦੇ ਵਿੱਚ ਜਦ ਗਏ ਸੀ ਸਵਿਟਜ਼ਰਲੈਂਡ 'ਚ, ਉੱਥੇ ਵੀ ਮੋਦੀ ਸਾਹਿਬ ਨਾਲ, ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਮੀਟਿੰਗ ਹੋਈ ਸੀ ਉਹਨਾਂ ਦੀ, ਮੈਨੂੰ ਇਹੀ ਇਨਫੋਰਮੇਸ਼ਨ ਮਿਲੀ ਹੈਗੀ ਆ, ਦ ਮੀਟਿੰਗ ਵੈਂਟ ਰੀਅਲੀ ਵੈਲ, ਐਂਡ ਸੋ ਵੀ ਹੈਵ ਈਵਨ ਮੋਰ ਹਾਇਰ ਹੋਪਸ ਔਨ ਦਿਸ ਟ੍ਰਿਪ that India and Canada will be able to even strengthen their relationship even further. Ji, given the risk of NAFTA, us to baad jivein assi kehne hai ki assi ek diverse market nu occupy karna chahunde ha, ta us nu vekhde hoye tuhanu lagda hai ki kai ajehe sectors jo haje tak touch nahi kite gaye ohna di vi shuruaat kiti ja sakdi hai is trip vich? ਬਿਲਕੁਲ, ਪਰ ਸਾਰਾ ਐਕਸਪੈਕਟੇਸ਼ਨ ਸਿਰਫ ਇਸ ਇੱਕ ਟ੍ਰਿਪ 'ਤੇ ਨਹੀਂ ਦਿੱਤਾ ਜਾ ਸਕਦਾ ਹੈਗਾ। ਸਾਡੇ ਜਿਹੜੇ ਇਸ ਤੋਂ ਵੀ ਪਹਿਲਾਂ ਬਹੁਤ ਵਿਜ਼ਿਟਸ ਹੋ ਚੁੱਕੇ ਨੇ ਇੰਡੀਆ ਦੇ ਵਿੱਚ, ਸਾਡੇ ਟ੍ਰੇਡ ਮਿਨਿਸਟਰ ਉੱਥੇ ਆਈ ਥਿੰਕ ਦੋ ਵਾਰ ਜਾ ਚੁੱਕੇ ਨੇ, 11 ਮਿਨਿਸਟਰੀਅਲ ਵਿਜ਼ਿਟਸ ਹੋਏ ਨੇ। ਸੋ 11 ਮਿਨਿਸਟਰਸ ਹੈਵ ਵਿਜ਼ਿਟਡ ਸਿੰਸ ਦਿਸ ਗਵਰਨਮੈਂਟ ਹੈਜ਼ ਟੇਕਨ ਆਫਿਸ। ਆਈ ਨੋ ਇਸ ਵਿਜ਼ਿਟ 'ਤੇ ਬਹੁਤ ਜ਼ਿਆਦਾ ਫੋਕਸ ਹੈਗਾ, ਪਰ 11 ਮਿਨਿਸਟਰਸ ਦਾ ਜਾਣਾ ਉੱਥੇ ਇੰਡੀਆ ਦੇ ਵਿੱਚ ਦੋ ਸਾਲਾਂ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈਗੀ। ਐਂਡ ਆਈ ਥਿੰਕ ਤੁਹਾਡੇ ਵਿਊਅਰਸ ਅਤੇ ਦੋਨੇ ਕੰਟਰੀਜ਼ ਦੀ ਚੰਗੀ ਅੰਡਰਸਟੈਂਡਿੰਗ ਹੈਗੀ ਆ ਵੀ ਅਸੀਂ ਸੀਰੀਅਸ ਹੈਗੇ ਹਾਂ ਔਰ ਰਿਲੇਸ਼ਨਸ਼ਿਪ ਨੂੰ ਗਹਿਰਾ ਕਰਨ ਲਈ, ਐਂਡ ਅਦਰਵਾਈਜ਼ ਕਿਹੜੀ ਕੰਟਰੀ ਇੰਨੇ ਵਿਜ਼ਿਟਸ ਕਿਸੇ ਕੰਟਰੀ ਦੇ ਵਿੱਚ ਬਣਾਉਂਦਾ ਹੈਗਾ ਆ। ਸੋ ਜਿਹੜੇ ਖਾਸ ਕਰਕੇ ਟ੍ਰੇਡ ਇਕਨੋਮਿਕ ਡਿਵੈਲਪਮੈਂਟ ਵਾਲੇ ਮਿਨਿਸਟਰਸ ਹੈਗੇ ਨੇ, ਹਾਊਸ ਲੀਡਰ ਵੀ ਗਈ ਹੈਗੀ ਆ, ਪਰ ਐਵਰੀਵਨ ਹੈਜ਼ ਬਿਨ ਗੋਇੰਗ ਟੂ ਮੇਕ ਸ਼ੋਰ ਇਨਫਰਾਸਟ੍ਰਕਚਰ, ਵਟ ਵੀ ਕੈਨ ਡੂ ਟੂ ਹੈਲਪ ਇਨ ਦੈਟ ਏਰੀਆ। ਵੀ ਆਰ ਵੈਰੀ ਇੰਟਰਸਟਿਡ ਇਨ ਦੀ ਇੰਡੀਅਨ ਮਾਰਕੀਟ, ਐਂਡ ਖਾਸ ਕਰਕੇ ਇੱਥੇ ਦੀ ਕਮਿਊਨਿਟੀ ਵੀ ਇੰਟਰਸਟਿਡ ਹੈ, ਕਿਉਂਕਿ ਡਾਇਸਪੋਰਾ ਬਹੁਤ ਹੈਗੀ ਇੰਡੀਆ ਤੋਂ ਇੱਥੇ। ਸੋ ਜਿਹੜੇ ਰਿਲੇਸ਼ਨਸ਼ਿਪਸ ਹੁੰਦੇ ਨੇ, ਕੋਈ ਫੈਮਿਲੀ ਰਿਲੇਸ਼ਨਸ਼ਿਪਸ, ਫਰੈਂਡਸ਼ਿਪਸ, ਉਹ ਬਿਜ਼ਨਸ ਦੇ ਵਿੱਚ ਵੀ ਬਦਲ ਸਕਦੇ ਹੈਗੇ ਨੇ, ਐਂਡ ਆਈ ਥਿੰਕ ਵੀ ਹੈਵ ਅ ਵੈਰੀ ਬਿਗ ਪਾਪੂਲੇਸ਼ਨ ਹੇਅਰ ਦੈਟ ਵੁੱਡ ਬੀ ਇੰਟਰਸਟਿਡ ਇਨ ਇਨਵੈਸਟਿੰਗ ਇਨ ਇੰਡੀਆ ਔਰ ਵਾਈਸ ਵਰਸਾ, ਇੰਪੋਰਟਿੰਗ ਫਰੋਮ ਇੰਡੀਆ। ਸੋ ਆਲਰੇਡੀ ਬਿਜ਼ਨਸਿਸ ਕਰ ਰਹੇ ਹੈਗੇ ਨੇ, ਪਰ ਉਹਨਾਂ ਨੂੰ ਇੱਕ
I guess trade agreements through I think if jo unnu kuch safety mildi hegi ah then us to vi jyada trade us to baad ho sakda hega ya. So I'm hopeful that we're on the right path. Yeah. And that we'll see success you know very soon. The Prime Minister Justin Trudeau di jehdi ek popularity hegi us nu vekde hoye vak vak cities vi cover kitiyan ja rahiyan ne. Hanji unna di family vi naal ja rahi hegi ah, so it's a little bit of a family trip I guess in a way too. You know unna nu India da jehda culture hega heritage arts oh sara kush oh vi dekh ke unge Agra ja rahe ne. They're going to you know go to the Harmandir Sahib Amritsar de vich oh Ahmedabad de vich vi unna ne mandir ch ਨਾ ਹੈਗਾ ਆ ਮਸਜਿਦ ਨੂੰ ਵੀ ਵਿਜ਼ਿਟ ਕਰਨਗੇ ਉਹ ਡਿਟੇਲ ਸਾਰੀਆਂ ਨਿਕਲਣਗੀਆਂ ਸਲੋਲੀ ਐਜ਼ ਦੇ ਫਾਈਨਲਾਈਜ਼ ਪਰ ਹੀ ਇਸ ਗੋਇੰ ਟੂ ਗੈਟ ਅ ਗੁੱਡ ਸੈਂਸ ਆਫ ਵਾਟ ਇੰਡੀਆ ਹੈਜ਼ ਟੂ ਆਫਰ ਐਂਡ ਦਿਸ ਇਜ਼ ਜਸਟ ਦ ਫਰਸਟ ਟ੍ਰਿਪ ਇਟ ਡਸਨਟ ਮੀਨ ਇਟਸ ਦੀ ਓਨਲੀ ਟ੍ਰਿਪ ਫਾਈਨਲ ਟ੍ਰਿਪ ਯੂ ਨੋ ਆਈ ਨੋ ਕਈ ਵਾਰ ਸੋਚਦੇ ਹੈ ਕਿ ਵੀ ਇੱਥੇ ਵੀ ਆਹ ਵੀ ਕਰਨਾ ਚਾਹੀਦਾ ਸੀ ਉਹ ਵੀ ਕਰਨਾ ਚਾਹੀਦਾ ਸੀ ਆਈ ਐਮ ਹੋਪਿੰਗ ਦੈਟ ਇਸ ਤੋਂ ਬਾਅਦ ਡੋਰਸ ਓਪਨ ਹੋਣਗੀਆਂ ਅਤੇ ਦੇਰ ਬੀ ਮੈਨੀ ਮੋਰ ਟ੍ਰਿਪਸ ਐਂਡ ਸੋ ਉਹ ਵੀ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਪਰ ਇਸ ਲਿਮਿਟਿਡ ਟਾਈਮ ਦੇ ਵਿੱਚ ਜੋ ਜੋ ਉਹ ਕਰ ਸਕਦੇ ਹੈਗੇ ਨੇ ਜਿਸ ਤਰ੍ਹਾਂ ਇੰਡੀਆ 'ਚ ਆਉਂਦਾ ਹੈਗਾ ਐਕਚੁਲੀ ਯੂ ਨੋ ਇਟਸ ਅਪ ਟੂ ਦਮ ਟੂ ਹੈਲਪ ਪਲਾਨ ਦਿਸ ਟ੍ਰਿਪ ਵੀ ਉਹ ਕਿਸ ਤਰ੍ਹਾਂ ਦਾ ਵਿਜ਼ਿਟ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਕੀ ਕਰਨਾ ਚਾਹੁੰਦੇ ਹੈਗੇ ਨੇ ਐਂਡ ਜਿਹੜੇ ਸਾਡੇ ਹਾਈ ਕਮਿਸ਼ਨਰ ਕੈਨੇਡਾ ਦੇ ਹੈਗੇ ਨੇ ਉਹ ਅਰੇਂਜਮੈਂਟਸ ਬਣਾ ਰਹੇ ਹੈਗੇ ਨੇ ਜੀ ਅਪਾਰਟ ਫਰੋਮ ਟ੍ਰੇਡ ਜੇ ਐਗਰੀਕਲਚਰ ਦੀ ਸੈਟ ਗੱਲ ਕਰੀਏ ਤਾਂ ਸਸਕੈਚਵਾਨ ਤੋਂ ਜਿਹੜੇ ਪਲਸਿਸ ਕ੍ਰੋਪ ਹੈਗੇ ਨੇ ਉਹ ਇੰਡੀਆ ਹਜੇ ਵੀ ਇੰਪੋਰਟ ਕਰਦਾ ਬਟ ਟੈਰਿਫਸ ਵਧਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਐਗਰੀਕਲਚਰ ਸੈਕਟਰ 'ਤੇ ਵੀ ਫੋਕਸ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਣਾ ਚਾਹੀਦਾ ਹੈ ਕੀਤਾ ਜਾਣਾ ਚਾਹੀਦਾ ਹੈਗਾ ਡੈਫੀਨੇਟਲੀ ਕੀ ਟਾਕਸ ਹੋਣਗੀਆਂ ਕੀ ਮੀਟਿੰਗਸ ਹੋਣਗੀਆਂ ਉਹ ਮੈਂ ਟ੍ਰਿਪ ਤੋਂ ਬਾਅਦ ਤੁਹਾਨੂੰ ਡਿਟੇਲ ਦੇ ਵਿੱਚ ਮੇ ਬੀ ਹੋਪਫੁਲੀ ਹੋਰ ਦੱਸ ਸਕਦੀ ਹੈਗੀ ਹਾਂ ਪਰ ਦੇਰ ਇਜ਼ ਸਸਕੈਚੁਆਨ ਜਿਹੜੇ ਸਾਡੇ ਫਾਰਮਰਸ ਹੈਗੇ ਕੈਨੇਡੀਅਨ ਉਹਨਾਂ ਨੂੰ ਡੈਫੀਨੇਟਲੀ ਉਹ ਇੱਕ ਵਰੀ ਹੈਗਾ ਆ ਟੈਰਿਫਸ ਵਧਣ ਤੋਂ ਬਾਅਦ ਪਰ ਯੂ ਨੋ ਵੀ ਕੈਂਟ ਲੁੱਕ ਐਟ ਜਸਟ ourselves we have to understand be onada vi jo priorities hai in the country lay they can make the decisions that they want to make but we really hope that jeri sadi agriculture market hagia onanu ek fair competitive advantage ditta jave and so let's see what comes out I have very positive feelings good hopes and only time de vich hi assi dass sakange tonu bi ki accomplish hoya hega ਅਤੇ ਕੀ ਸਾਡੇ ਹੋਰ ਆਈ ਗੈਸ ਵਿਜ਼ਨ ਕੀ ਹੈਗੀ ਆ ਗਾਹਾਂ ਫਿਊਚਰ ਲਈ ਅਤੇ ਤੁਸੀਂ ਵੀ ਹਰ ਸਿਟੀ ਵਿੱਚ ਨਾਲ ਵਿਜ਼ਿਟ ਕਰਨ ਵਾਲੇ ਹੋ ਆਈ ਵਿਲ ਬੀ ਅਟੈਂਡਿੰਗ ਅ ਫਿਊ ਆਫ ਦੀ ਇਵੈਂਟਸ ਮੈਂ ਦਿੱਲੀ ਜਾ ਰਹੀ ਹੈਗੀ ਹਾਂ ਅੰਮ੍ਰਿਤਸਰ ਜਾ ਰਹੀ ਹੈਗੀ ਹਾਂ ਹਜੇ ਸਭ ਕੁਛ ਮੇਰਾ ਵੀ ਫਾਈਨਲਾਈਜ਼ ਨਹੀਂ ਹੋਇਆ ਆਈ ਹੈਵ ਟੂ ਮੈਨੂੰ ਬਹੁਤ ਸਾਲ ਹੋ ਗਏ ਪੰਜਾਬ ਗਈ ਨੂੰ ਸੋ ਮੈਂ ਕੁਛ ਆਪਣੇ ਹੋਰ ਵੀ ਰਿਕੁਐਸਟ ਆਏ ਹੈਗੇ ਨੇ universities to want to empower young women to seek politics I really hope to do that kyunki I get a lot of people reaching out to me jede kehnde hai ki assi thon bahut proud hai ge ya bahut fakhr feel karde hai mehsoos karde ha bhi sade ne you know young people utthe samne aaye hai ge ne canada de vich politics de vich aaye ne so utthe bahut chaah hai ga lokan nu milan da te I'm hoping that it dandi vi kuch opportunities honge students then I'll engage karnda so we'll see I'll keep you informed be sare plans ki banne hai gene definitely as a member parliament tuhanu first visit hoega te kafi time to tusi punjab visit vi nahi kita te tuhade jehde udhar assi kahiye ki known jehde log hunde ne relatives hunde ne oh vi bahut excited hunde ne milan layi hanji tuhade naal gallan da silsila jari rakhange par filhal lene aa ek chota jeha break ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਗੱਲਬਾਤ ਚੱਲ ਰਹੀ ਹੈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਜੀ ਦੇ ਨਾਲ ਰੂਬੀ ਜੀ ਅਸੀਂ ਦੇਖਿਆ ਕਿ ਪ੍ਰਾਈਮ ਮਿਨਿਸਟਰ ਹਮੇਸ਼ਾ ਯੂਥ ਨਾਲ ਜ਼ਿਆਦਾ ਕਨੈਕਟਡ ਰਹਿੰਦੇ ਨੇ ਉਹਨਾਂ ਦਾ ਫੋਕਸ ਰਹਿੰਦਾ ਹੈ ਕਿ ਵੱਧ ਤੋਂ ਵੱਧ ਯੂਥ ਨੂੰ ਨਾਲ ਜੋੜਿਆ ਜਾਵੇ ਇਹ ਫੋਕਸ ਇੰਡੀਆ ਦੀ ਸਟੇਟ ਵਿਜ਼ਿਟ 'ਚ ਵੀ ਨਜ਼ਰ ਆਏਗਾ ਸੁਣਨ ਦੇ ਵਿੱਚ ਸੁਣਿਆ ਹੈਗਾ ਆ ਵੀ ਕੁਛ ਪਲਾਨਸ ਚੱਲ ਰਹੇ ਹੈਗੇ ਨੇ ਯੂਨੀਵਰਸਿਟੀਜ਼ ਨੂੰ ਵਿਜ਼ਿਟ ਕਰਨ ਲਈ there's no confirmation yet so jo the detail niklugi us to baad main das sakdi hai gi tonu par the prime minister always likes to engage with people bahut lokan de vich vicharna like karde hege ne they don't like as much you know kite ja ke sirf
ਦੂਰ ਰਹਿਣਾ ਲੋਕਾਂ ਤੋਂ, ਕਿਤੇ ਸਟੇਜ 'ਤੇ ਬਹਿ ਜਾਣਾ ਅਤੇ ਉਹਨਾਂ ਨੂੰ ਦੂਰ ਤੋਂ ਦੇਖਣਾ, ਉਹ ਹਮੇਸ਼ਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲਣਾ ਚਾਹੁੰਦੇ ਹੈਗੇ ਨੇ. ਸੋ ਆਈ ਵੁਡਨਟ ਬੀ ਸਰਪ੍ਰਾਈਜ਼ਡ ਜੇ ਉਹਨਾਂ ਦਾ ਕੋਈ ਨਾ ਕੋਈ ਯੂਥ ਦੇ ਨਾਲ ਕੋਈ ਇਵੈਂਟ ਪਲਾਨ ਹੋਊਗਾ, ਅਤੇ ਜਦੋਂ ਉਹ ਕੋਈ ਵੀ ਵਿਜ਼ਿਟ ਕਰਨਗੇ ਤੁਸੀਂ ਦੇਖੋਗੇ, ਜੇ ਅੰਮ੍ਰਿਤਸਰ ਵੀ ਜਦੋਂ ਜਾਣਗੇ ਜਾਂ ਜਿੱਥੇ ਵੀ ਜਾਣਗੇ, ਉਹ ਡੈਫੀਨੇਟਲੀ ਕੁਛ ਪਲ ਕੱਢਣਗੇ ਵੀ ਉੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਨੂੰ ਮਿਲਿਆ ਜਾਵੇ. ਐਂਡ ਸੋ ਆਈ ਥਿੰਕ ਪੀਪਲ ਵਿਲ ਬੀ ਹੈਪੀ ਆਫ ਇੰਡੀਆ ਟੂ ਸੀ ਆਰ ਪ੍ਰਾਈਮ ਮਿਨਿਸਟਰ ਐਜ਼ ਡਾਊਨ ਟੂ ਅਰਥ ਐਜ਼ ਹੀ ਇਜ਼, ਐਂਡ ਯੂ ਨੋ ਮੀਟਿੰਗ ਆਲ ਦ ਪੀਪਲ ਇਨ ਇੰਡੀਆ. ਜੀ, ਡੈਫੀਨੇਟਲੀ ਯੂਥ ਨਾਲ ਕਨੈਕਸ਼ਨ ਜ਼ਰੂਰ ਦੇਖਣ ਵਾਲਾ ਹੋਏਗਾ, ਬਿਕੋਜ਼ ਇੱਧਰ ਅਸੀਂ ਦੇਖਿਆ ਕਿ ਯੂਥ ਕਾਉਂਸਲਸ ਜਿਸ ਤਰ੍ਹਾਂ ਬਣਾਈ ਗਈਆਂ, ਵੱਧ ਤੋਂ ਵੱਧ ਯੂਥ ਨੂੰ ਨਾਲ ਜੋੜਿਆ ਗਿਆ, ਤਾਂ ਉਹ ਇੰਪੈਕਟ ਯੂਥ ਕਾਉਂਸਲਸ ਦਾ ਉੱਧਰ ਵੀ ਨਜ਼ਰ ਆ ਸਕਦਾ. ਹਾਂਜੀ, ਅਸੀਂ ਐਕਸਾਈਟਮੈਂਟ ਯੂਥ ਮੈਨਿਊ ਹਮੇਸ਼ਾ ਦੇਖਦੇ ਹੈਗੇ ਹਾਂ. ਇੱਥੇ ਵੀ ਯੂਥ ਇੰਪਾਵਰ ਹੋਈ ਹੈਗੀ ਆ ਪਹਿਲਾਂ ਨਾਲੋਂ, ਅਸੀਂ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਬਹੁਤ ਯੂਥ ਜੁੜੀ ਹੈਗੀ ਆ. ਉਸ ਤੋਂ ਬਾਅਦ ਫਿਰ ਜਿਹੜੇ ਪ੍ਰਾਈਮ ਮਿਨਿਸਟਰ ਦਾ ਸਪੈਸ਼ਲ ਯੂਥ ਕਾਉਂਸਲ ਸੀ, ਅਤੇ ਸਾਡੇ ਸਾਰਿਆਂ ਦੇ ਸਾਰੇ MPs ਜਿੰਨੇ ਵੀ ਸੀਗੇ, ਅਸੀਂ ਆਪਦੇ ਆਪਦੇ ਯੂਥ ਕਾਉਂਸਲਸ ਵੀ ਬਣਾਏ. ਅਸੀਂ ਜਿੰਨਾ ਵੀ ਉਹਨਾਂ ਤੋਂ ਫੀਡਬੈਕ ਲੈ ਸਕਦੇ ਹੈਗੇ ਹਾਂ, ਉਹ ਬਹੁਤ ਜ਼ਰੂਰੀ ਹੈਗਾ. ਪ੍ਰਾਈਮ ਮਿਨਿਸਟਰ ਹੀ Minister of Youth as well, and that's because he thinks it's really important to make sure that we jehdi unna di input ya feedback ya oh sadi policies de vich reflect hove, and after all they are going to be the people that are our future leaders, and they're leaders right now too in their own communities, especially our youth councils de vich assi dekh rahe hage haan bhi apa kai var kehne hage haan bhi inhane shayad kuch karke dikhona hega 10 saalan tak 20 saalan tak, but that's not true. Mere youth council de vich vi itthe bahut programs unhane upset kite ne, they're active in their communities, they're coming up with ideas. Oh, aaj hi leader ban rahe hage ne. Kids are, I think, so much smarter than they used to be, a lot more connected, and you know, it's we have a good relationship with a lot of young people from India too. Itthe jinne students on the hege India to bahut high numbers de vich aha kuch saalan de vich aaye hege ne, so we've been benefiting from that, and I hope that they're benefiting from the Canadian education. So jehda youth da relationship hega it chalda hi rehna hega ya, and I know the Prime Minister will be definitely doing something, and let's see. I'm excited. Sada jehda youth council vi hega ya dobara shuru hona hega February 9th nu applications ya deadlines hegi ne, and ਅਸੀਂ ਜੁੜਨਾ ਚਾਹੁੰਦੇ ਹੈਗੇ ਹਾਂ, ਭਾਵੇਂ ਉੱਥੇ ਸਟੂਡੈਂਟਸ ਨੇ ਜਾਂ ਜੋ ਵੀ ਹੈਗੇ ਨੇ, ਜਿੱਥੇ ਜੇ ਬ੍ਰੈਂਪਟਨ ਦੇ ਇਸ ਏਰੀਆ ਦੇ ਵਿੱਚ ਰਹਿੰਦੇ ਹੈਗੇ ਨੇ, ਵੀ ਵਾਂਟ ਟੂ ਕਨੈਕਟ ਵਿਦ ਦਮ, ਵੀ ਵਾਂਟ ਟੂ ਟੇਕ ਦੇਅਰ ਆਈਡੀਆਜ਼. ਜੇ ਕੋਈ ਪਾਲਿਸੀ ਹੈਗੀ ਆ, ਵਾਂਟ ਟੂ ਹੀਅਰ ਫਰੋਮ ਦਮ ਫੀਡਬੈਕ ਸੋ ਦੈਟ ਆਈ ਕੈਨ ਬ੍ਰਿੰਗ ਇਟ ਟੂ ਆਟਵਾ, ਐਂਡ ਜੇ ਕੋਈ ਪ੍ਰੋਜੈਕਟ ਜਾਂ ਉਹਨਾਂ ਦੇ ਕੋਈ ਵਿਜ਼ਨ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਕੋਈ ਮਦਦ ਦੀ ਲੋੜ ਹੈਗੀ ਆ, ਜੇ ਮੈਂ ਸਪੋਰਟ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰ ਸਕਦੀ ਹੈਗੀ ਆ ਉਹ ਕਨੈਕਸ਼ਨਸ ਬਣਾਉਣ ਦੇ ਲਈ, ਦੈਨ ਆਈ ਵੈਲਕਮ ਦੋਜ਼ ਕਿਡਸ ਟੂ ਕਮ, ਕਿਉਂਕਿ ਜਿਹੜੀ ਯੂਥ ਦੀ ਐਨਰਜੀ ਹੈਗੀ ਆ, ਐਕਸਾਈਟਮੈਂਟ ਹੈਗੀ ਆ, ਵਿਜ਼ਨ ਹੈਗੀ ਆ, ਉਹਨਾਂ ਦੀ ਇੰਟੈਲੀਜੈਂਸ ਹੈਗੀ ਆ, ਉਹ ਵੇਸਟ ਨਹੀਂ ਹੋਣੀ ਚਾਹੀਦੀ ਹੈਗੀ, ਪਰ ਉਹਨਾਂ ਨੂੰ ਕਈ ਵਾਰ ਉਹ ਪਲੈਟਫਾਰਮ ਨਹੀਂ ਮਿਲਦਾ ਹੈਗਾ ਟੂ ਐਕਸਪ੍ਰੈਸ ਦੇਅਰ ਫੀਲਿੰਗਸ ਐਂਡ ਆਈਡੀਆਜ਼, ਸੋ ਦ ਪ੍ਰਾਈਮ ਮਿਨਿਸਟਰ ਥਿੰਕਸ ਇਟਸ ਵੈਰੀ ਇੰਪੋਰਟੈਂਟ ਟੂ ਗਿਵ ਦਮ ਦੈਟ ਪਲੈਟਫਾਰਮ, ਹੀਅਰ ਦੇਅਰ ਵੋਇਸਿਸ. ਜੀ, ਕੀ ਕੁਝ ਮੀਟਿੰਗਸ ਰਹਿਣਗੀਆਂ ਪ੍ਰਾਈਮ ਮਿਨਿਸਟਰ ਦੀ? ਇਹ ਤਾਂ ਓਫੀਸ਼ੀਅਲ ਲੈਵਲ 'ਤੇ ਸੈੱਟ ਹੁੰਦਾ, ਬਟ ਕਈ ਵਾਰੀ ਜਦੋਂ ਹੁਣ ਤੁਸੀਂ ਇੰਡੀਆ ਵਿਜ਼ਿਟ ਕਰਨਾ ਹੈ ਤਾਂ ਉੱਧਰੋਂ ਵੀ ਕਈ ਰਿਕੁਐਸਟ ਆਉਂਦੀਆਂ ਕਈ ਯੂਨੀਵਰਸਿਟੀਜ਼ ਵੱਲੋਂ ਕਿ ਪ੍ਰਾਈਮ ਮਿਨਿਸਟਰ ਉੱਧਰ ਆਉਣ, ਜਾਂ ਫਿਰ ਕੋਈ ਮੈਂਬਰ ਪਾਰਲੀਮੈਂਟ ਮਿਨਿਸਟਰਸ ਉੱਧਰ ਆਉਣ, ਸਟੂਡੈਂਟਸ ਨੂੰ ਐਡਰੈਸ ਕਰਨ. ਇਸ ਤਰ੍ਹਾਂ ਦੀ ਕੋਈ ਰਿਕੁਐਸਟ ਤੁਹਾਨੂੰ ਹਜੇ ਤੱਕ ਆਈ ਹੈ, ਜਾਂ ਤੁਹਾਡਾ ਕੋਈ ਪਾਈਪਲਾਈਨ 'ਚ ਹੈਗਾ ਕਿ ਤੁਸੀਂ ਕਿਸੇ ਯੂਨੀਵਰਸਿਟੀ ਵਿਜ਼ਿਟ ਕਰ ਸਕਦੇ ਹੋ? ਯੈਸ, ਸੋ ਫਾਰ ਪਟਿਆਲਾ ਦੇ ਵਿੱਚ ਇੱਕ ਯੂਨੀਵਰਸਿਟੀ ਕਨਫਰਮ ਹੋ ਰਹੀ ਹੈਗੀ ਆ, ਉਹਦੀ ਡੇਟ ਨਹੀਂ ਹੈਗੀ ਹਜੇ, ਪਰ ਆਈਲ ਡੈਫੀਨਿਟਲੀ ਸ਼ੇਅਰ ਇਟ ਵਿਦ ਯੂ ਸੋ ਪੀਪਲ ਕੈਨ ਕਮ ਇਫ ਇਟਸ ਓਪਨ. ਆਈ ਡੋਂਟ ਨੋ ਦ ਰੂਲਸ ਅਰਾਊਂਡ ਦੈਟ ਯੈਟ, ਬਟ ਆਈ ਥਿੰਕ ਆਲ ਦੀ MPs ਆਰ ਗੋਇੰਗ ਟੂ ਬੀ ਡੂਇੰਗ ਡਿਫਰੈਂਟ ਥਿੰਗਸ ਇਨ ਡਿਫਰੈਂਟ ਰੀਜਨਸ, ਸੋ ਕਈ ਯੂਨੀਵਰਸਿਟੀਜ਼ ਨੇ ਰੀਚ ਆਊਟ ਕੀਤਾ ਹੈਗਾ, ਉਹ ਪਲਾਨਸ ਅਸੀਂ ਫਾਈਨਲਾਈਜ਼ ਕਰ ਰਹੇ ਹੈਗੇ, ਪਰ ਆਮ ਵੈਰੀ ਐਕਸਾਈਟਡ ਕਿਉਂਕਿ ਇੱਥੇ ਵੀ ਜਦੋਂ ਵੀ ਮੈਂ ਕੋਈ ਹਾਈ ਸਕੂਲ ਰੈਗੂਲਰ ਸਕੂਲ ਯੂਨੀਵਰਸਿਟੀ ਦੇ ਵਿੱਚ ਜਾਂਦੀ ਹੈਗੀ ਹਾਂ, ਯੂ ਨੋ ਯੂਥ ਦੇ ਨਾਲ ਮਿਲਦੀ ਹਾਂ, ਆਈ ਥਿੰਕ ਇਟਸ ਸਮ ਆਫ ਮਾਈ ਬੈਸਟ ਐਕਸਪੀਰੀਅੰਸਿਸ. ਆਈ ਲਰਨ ਸੋ ਮੱਚ ਮੋਰ, ਇਟਸ ਅਨਬਲੀਵੇਬਲ ਦੈਟ ਯੂ ਨੋ ਜਿਹੜੀ ਨੌਲੇਜ ਮੈਨੂੰ ਉਹਨਾਂ ਤੋਂ ਕਈ ਵਾਰ ਮਿਲਦੀ ਆ, ਆਈਡੀਆਜ਼ ਫਰੈਸ਼ ਆਈਡੀਆਜ਼ ਮਿਲਦੇ ਹੈਗੇ ਨੇ, ਉਹ ਮੈਂ ਆਪਦੀ ਜੋਬ ਦੇ ਵਿੱਚ ਅਪਲਾਈ ਕਰ ਸਕਦੀ ਹਾਂ. ਸੋ ਆਈ ਐਮ ਰੀਅਲੀ ਐਕਸਾਈਟਡ ਅਬਾਊਟ ਦਿਸ ਓਪਰਚੁਨਿਟੀ, ਕਿਉਂਕਿ ਡੈਫੀਨੇਟਲੀ ਉੱਥੇ ਦੇ ਬੱਚਿਆਂ ਦੀ, ਯੂਨੀਵਰਸਿਟੀ ਸਟੂਡੈਂਟਸ ਦੀ ਆਪਦੀ ਸੋਚ ਹੋਣੀ ਆ, ਆਪਦੀ ਵਿਜ਼ਨ ਹੋਣੀ ਆ, ਐਂਡ ਉਹਨਾਂ ਤੋਂ ਵੀ ਮੈਂ ਆਈ ਐਮ ਐਕਸਾਈਟਡ ਟੂ ਲਰਨ ਫਰੋਮ ਦਮ ਐਜ਼ ਵੈਲ. ਜੀ, ਯੂਥ ਤੋਂ ਇਲਾਵਾ ਇੱਕ ਅਸੀਂ ਦੇਖਿਆ ਕਿ ਵਿਮੈਨ ਐਮਪਾਵਰਮੈਂਟ ਹਮੇਸ਼ਾ ਇੱਕ ਫੋਕਸ ਰਿਹਾ ਹੈ ਪ੍ਰਾਈਮ ਮਿਨਿਸਟਰ ਦਾ ਹਮੇਸ਼ਾ, ਅਤੇ ਵਿਮੈਨ ਐਮਪਾਵਰਮੈਂਟ ਦਾ ਇਹ ਜਿਹੜਾ ਮੁੱਦਾ ਹੈ ਇੰਡੀਆ ਵਿਜ਼ਿਟ 'ਤੇ ਵੀ ਉਠਾਇਆ ਜਾ ਸਕਦਾ? ਆਈ
ਯੂ ਨੋ ਲਾਈਕ ਜਿੱਦਾਂ ਜਿਸ ਤਰ੍ਹਾਂ ਮੈਂ ਕਿਹਾ ਹੈਗਾ ਸਭ ਕੁਛ ਫਾਈਨਲਾਈਜ਼ ਨਹੀਂ ਕੀਤਾ ਗਿਆ ਪਰ ਤੁਸੀਂ ਯੂ ਨੋ ਔਨ ਦਾ ਰਾਈਟ ਮਾਰਕ ਚੱਲ ਰਹੇ ਹੈਗੇ ਹੋ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਹਮੇਸ਼ਾ ਜਿਹੜੇ ਵੀ ਵਿਜ਼ਿਟ 'ਤੇ ਜਾਂਦਾ ਹੈਗਾ ਉਹਨਾਂ ਨੇ ਹਮੇਸ਼ਾ ਵੂਮਨਸ ਇਸ਼ੂਜ਼ ਨੂੰ ਮੂਹਰੇ ਲਿਆਂਦਾ ਹੈਗਾ ਜਿਹੜੀ ਸਾਡੀ ਬਜਟ ਹੈਗੀ ਹੁਣ ਆ ਰਹੀ ਆ 2018 ਦੀ ਉਹਦੇ ਵਿੱਚ ਵੀ ਵੂਮਨ ਦਾ ਖਾਸ ਕਰਕੇ ਫੋਕਸ ਹੋਊਗਾ ਹਰੇਕ ਏਰੀਆ ਦੇ ਵਿੱਚ ਸੋ ਅਸੀਂ ਜਿਹੜੀ ਵੀ ਟ੍ਰੇਡ ਡੀਲਸ ਕਰ ਰਹੇ ਹੈਗੇ ਹਾਂ ਕੰਟਰੀਜ਼ ਦੇ ਨਾਲ ਉਹਨਾਂ ਦੇ ਵਿੱਚ ਇੱਕ ਖਾਸ ਐਮਫੋਸਿਸ ਦਿੱਤਾ ਜਾਂਦਾ ਹੈਗਾ ਆ ਅਬਾਊਟ ਇੰਪਾਵਰਿੰਗ ਵੂਮੈਨ ਅਬਾਊਟ ਬ੍ਰਿੰਗਿੰਗ ਅਪ ਦੇਅਰ ਇਕਨੋਮਿਕ ਕੰਡੀਸ਼ਨ ਐਂਡ ਅਬਾਊਟ ਐਜੂਕੇਟਿੰਗ ਵੂਮੈਨ ਸੋ ਆਈ ਐਮ ਸ਼ੋਰ ਆਈ ਐਮ ਸਰਟਨ ਦੈਟ ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਕੋਈ ਅਫੀਸ਼ੀਅਲ ਸਪੀਚਸ ਹੋਣਗੀਆਂ ਜਾਂ ਮੀਟਿੰਗਸ ਹੋਣਗੀਆਂ ਉਹਦੇ ਵਿੱਚ ਡੈਫੀਨੇਟਲੀ ਇਹਦੇ 'ਤੇ ਫੋਕਸ ਦਿੱਤਾ ਜਾਊਗਾ ਅੱਗੇ ਵੀ ਜਦੋਂ ਮਿਨਿਸਟਰਸ ਗਏ ਹੈਗੇ ਨੇ ਉਹਨਾਂ ਨੇ ਕਈ ਮੀਟਿੰਗਸ ਕੀਤੀਆਂ ਹੈਗੀਆਂ ਨੇ ਜਿੱਥੇ ਟ੍ਰੇਡ ਮਿਨਿਸਟਰ ਗਿਆ ਹੈਗਾ ਜਿੱਥੇ ਉਹਨਾਂ ਨੇ ਵੂਮੈਨ ਆਂਟਰਪ੍ਰਨਰਸ ਨਾਲ ਮਿਲੇ ਸੀਗੇ ਟੂ ਮੇਕ ਸ਼ੋਰ ਦੈਟ ਦੇ ਆਰ ਗੈਟਿੰਗ ਦੀ platform they need, the investment they need to succeed. And there's a lot of smart women that I think are going to be leading India into the future. And so asin kush jede the organizations ne unna da vi eh khas maqsad hai ga ya unna nu encourage karda unna nu promote karda te unna nu kush help den di. So I think you will definitely see that on the agenda. Ji women empowerment to alawa si dekhe ki je IT sector di gal kariye ta IT sector to India to kafi immigrants ate pahunchde ne beshak international students vaddi ਤਾਦਾਦ ਵਿੱਚ ਆ ਰਹੇ ਨੇ ਤਾਂ ਇਹ ਵਿਜ਼ਿਟ ਜਿੰਨਾ ਕੈਨੇਡਾ ਲਈ ਇੰਪੋਰਟੈਂਟ ਹੈ ਉਨਾ ਇੰਡੀਆ ਲਈ ਵੀ ਇੰਪੋਰਟੈਂਟ ਹੈ ਹੋਰ ਅਸੀਂ ਡੈਫੀਨੇਟਲੀ ਹਾਲੇ ਤੁਹਾਡੇ ਕੋਲ ਉਹਨੀ ਇਨਫੋਰਮੇਸ਼ਨ ਹੈ ਨਹੀਂ ਹੈ ਵਿਜ਼ਿਟ ਦੀ ਕੀ ਕੁਝ ਅਫੀਸ਼ੀਅਲੀ ਹੋਣ ਵਾਲਾ ਹੈ ਬਟ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਇਮੀਗ੍ਰੈਂਟਸ ਦਾ ਆਉਣਾ ਜਾਂ ਫਿਰ ਸੋਫਟਵੇਅਰ ਇੰਜੀਨੀਅਰਸ ਉਧਰੋਂ ਆ ਰਹੇ ਨੇ ਆਈਟੀ ਸੈਕਟਰ ਦਾ ਫੋਕਸ ਕਰਨਾ ਵੀ ਬਣਦਾ ਹੈ ਆਈ ਥਿੰਕ ਸੋ ਬਿਲਕੁਲ ਬਣਦਾ ਹੈਗਾ ਆ ਇਹ ਫੋਕਸ ਆਲਰੇਡੀ ਕੀਤਾ ਵੀ ਗਿਆ ਹੈਗਾ ਆ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਜਿਹੜੇ ਪ੍ਰੀਵੀਅਸ ਵਿਜ਼ਿਟਸ ਹੋਰ ਮਿਨਿਸਟਰਸ ਨੇ ਕੀਤੇ ਹੈਗੇ ਨੇ ਦੇਰ ਇਜ਼ ਅ ਲੋਟ ਆਫ ਐਮਫੋਸਿਸ ਔਨ ਏਰੀਆਜ਼ ਆਫ ਬੈਂਗਲੋਰ ਹੈਦਰਾਬਾਦ ਜਿੱਥੇ ਇਹ ਸੈਕਟਰਸ ਬੂਮ ਹੋ ਰਹੇ ਹੈਗੇ ਨੇ ਐਂਡ ਵੀ ਉਹਨਾਂ ਤੋਂ ਕਿ ਕਿਸ ਤਰ੍ਹਾਂ ਅਸੀਂ ਦੋਨੇ ਕੰਟਰੀਜ਼ ਫਾਇਦਾ ਕਰ I guess advantage less is boom da knowledge da and India's doing some really interesting things so I think let's see I hope we're able to highlight some of the great things that they're doing in their sectors and something that both countries could maybe benefit from in the future but definitely just na mai kehri si pehla vi you know this trip can't be everything for everyone par jere sade ministers hai gene us is specific areas de vich unhone already bahut focus kita hai ga ya te karde rahange so this is a government that believes in science artificial intelligence de vich bahut investment kiti hai gi assi and karde rahange we're trying to make sure that jere sade opportunities hai gi ne oh future jobs de vich assi invest kariye and not looking in the back mirror of what we once had kyunki assi we can't progress without making sure bio investments jehdiyan sanu 10 saal tak kuch phal dengiyan oh assi honi in place kariye so that we're competitive going forward so this is definitely a focus because India is a big emerging market and so is China and many countries so you're going to see a lot of you know for us focusing on those areas okay yeah ruby ji thank you so much for sharing all this information with us assi koshish karange ki trip de hor nede tere ja ke ya trip de duran tode naal gal baat kariye te hor is bare jaan sakiye thank you so much no problem I'm looking forward bhi jehdi thodi team othe india de vich hogi ohna naal mulaqat hundi rahegi ohna nu update karde rahange trip di mission bare and ki accomplish kita hega trip de vich te jinne vi thode viewers hage ne oh mainu vi follow kar sakde ha social media te main ਅਪਡੇਟਸ ਦਿੰਦੀ ਰਹੂੰਗੀ ਟਵਿੱਟਰ 'ਤੇ ਫੋਲੋ ਕਰ ਸਕਦੇ ਆ ਇੰਸਟਾਗ੍ਰਾਮ 'ਤੇ ਕਰ ਸਕਦੇ ਆ ਉੱਥੇ ਮੈਂ ਵੀਡੀਓਜ਼ ਪਾਉਂਦੀ ਰਹੂੰਗੀ ਫੇਸਬੁੱਕ 'ਤੇ ਸੋ ਤੁਸੀਂ ਟ੍ਰਿਪ 'ਤੇ ਟ੍ਰਿਪ ਦਾ ਅੰਦਰ ਹੋ ਤੁਸੀਂ ਸਭ ਕੁਛ ਦੇਖ ਸਕਦੇ ਹੈਗੇ ਹੋ ਅਤੇ ਕੀ ਐਕਸਪੀਰੀਅੰਸ ਹੈਗਾ ਆ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਨੂੰ ਗ੍ਰੀਟ ਕੀਤਾ ਜਾਂਦਾ ਹੈਗਾ ਅ ਲੋਟ ਆਫ ਦੈਟ ਯੂਲ ਬੀ ਏਬਲ ਟੂ ਸੀ ਤੁਹਾਡੇ ਜ਼ਰੀਏ ਐਂਡ ਓਬਵੀਅਸਲੀ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਜੀ ਥੈਂਕ ਯੂ ਸੋ ਮਚ ਲੁਕਿੰਗ ਫੋਰਵਰਡ ਟੂ ਇਟ ਥੈਂਕ ਯੂ